नमस्कार, तुसी देख रहे हो इंडिया क्राइम न्यूज़ 24। रूपनगर पंजाब एसोसिएशन टिप्पर चालकां वल्लों रूपनगर जिले के डीसी मैडम सोनाली गिरी नूं रूपनगर जिले विच्चों ओवरलोडिंग बंद करवाउण लई एक मंग पत्र दिता गया। इस मौके टिप्पर चालक एसोसीएशन पटियाला के प्रधान गगनदीप सिंह गिल अते कूम कला के टिप्पर एसोसीएशन के प्रधान हरजिंदर सिंह हनी ने कहा कि ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੂਪਨਗਰ ਜ਼ਿਲ੍ਹੇ ਅਤੇ ਪੰਜਾਬ ਵਿੱਚ ਓਵਰਲੋਡਿੰਗ ਬੰਦ ਕਰਨ ਦੀ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕਰ ਰਹੇ ਹਨ, ਪਰ ਜਿਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਮੰਗ ਕੀਤੀ ਕਿ ਪੂਰੇ ਪੰਜਾਬ ਅਤੇ ਰੂਪਨਗਰ ਜ਼ਿਲ੍ਹੇ ਵਿੱਚੋਂ ਖਾਸ ਕਰਕੇ ਓਵਰਲੋਡਿੰਗ ਬੰਦ ਹੋਣੀ ਚਾਹੀਦੀ ਹੈ, ਜਿਸ ਦਾ ਫਾਇਦਾ ਇਹ ਹੋਵੇਗਾ ਕਿ ਨਾ ਤਾਂ ਓਵਰਲੋਡਿੰਗ ਕਾਰਨ ਸੜਕਾਂ ਟੁੱਟਣਗੀਆਂ ਅਤੇ ਨਾ ਹੀ ਵੱਡੇ ਸੜਕ ਹਾਦਸੇ ਹੋਣਗੇ। ਇਸ ਮੌਕੇ ਡਿਪਟੀ ਕਮਿਸ਼ਨਰ रूपनगर मैडम सोनाली गिरी ने कहा कि जो भी ट्रक चालक या ट्रांसपोर्टर ओवरलोडिंग गड्डियां चलाते हैं उन्होंने ये सख्त हिदायत दी जाती है कि वह ओवरलोडिंग ना भरन अते छेती ही एक स्क्वाड टीम बनाई जाएगी जो ओवरलोडिंग के खिलाफ सख्त एक्शन लेगी। पत्रकार जतिंद्रपाल सिंह की रिपोर्ट। असी पहला तो प्रशासन को पहला भी बेनतियां कर चुके हैं, मेमोरेंडम पहला भी दे चुके हैं, तो अज असी फिर प्रशासन तो इस लिए मदद की आए हैं भी मदद करो, साड़ी इस ओवरलोड बंद होना चाहिए वा। तो जे अगर फिर भी साड़ी प्रशासन सुनवाई नहीं करता, असी धरने भी लावांगे, रोडां ते भी बैठांगे, तो पर ये ओवरलोड आ जो नजायज चल रहा सड़कों के उपर जिहदी मार सड़कों नूं भी आ, लोगों नूं भी एक्सीडेंट भी हो रहे हैं, तो ट्रांसपोर्टर नूं बहुत वड्डी मार आ। ਜਿਹੜੇ ਬੰਦੇ ਅੰਡਰਲੋਡ ਚੱਲਣਾ ਚਾਹੁੰਦੇ ਆ ਉਹਨਾਂ ਨੂੰ ਜਿਹੜੇ ਸ਼ਰਾਰਤੀ ਅੰਸਰ ਓਵਰਲੋਡ ਚੱਲਣ ਵਾਲੇ ਨੇ ਉਹ ਚੱਲਣ ਨਹੀਂ ਦੇ ਰਹੇ, ਮਜਬੂਰ ਕਰ ਰਹੇ ਨੇ ਓਵਰਲੋਡ ਚੱਲਣ ਦੇ ਵਿੱਚ। ਇਸ ਟਾਈਮ ਤਕਰੀਬਨ ਜਿਵੇਂ ਦੱਸਿਆ ਜੀ ਤੁਹਾਨੂੰ 10,000 ਟਿੱਪਰਾਂ ਦੇ ਮਾਲਕ ਨੇ ਜਿਹੜੇ ਅੰਡਰਲੋਡ ਚੱਲਣ ਨੂੰ ਤਿਆਰ ਨੇ, ਮਜਬੂਰੀ 'ਚ ਚੱਲ ਰਹੇ ਨੇ, ਕਿਉਂਕਿ ਜਿਹੜੇ ਬਾਕੀ ਸ਼ਰਾਰਤੀ ਅੰਸਰ ਨੇ ਓਵਰਲੋਡ ਚੱਲ ਰਹੇ ਨੇ, ਓਵਰਲੋਡ ਚੱਲਣ ਨਾਲ ਉਹਨਾਂ ਦਾ ਮੁਕਾਬਲਾ ਨਹੀਂ ਕਰ ਹੋ ਰਿਹਾ। ਜਿਵੇਂ ਬਾਕੀ ਸਟੇਟਾਂ ਦੇ ਇੰਡੀਆ ਦੇ ਵਿੱਚ, ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਓਵਰਲੋਡ ਬੰਦ ਆ, ਇੱਕ ਇਕੱਲਾ ਪੰਜਾਬ ਆ ਜਿਹਦੇ 'ਚ ਓਵਰਲੋਡ ਚੱਲ ਰਿਹਾ ਵਾ। ਹਰਿਆਣਾ ਲਾ ਲਓ, ਹਿਮਾਚਲ ਲਾ ਲਓ, ਇਹਨਾਂ 'ਚ ਤਾਂ ਟੋਟਲੀ ਓਵਰਲੋਡ ਬੰਦ ਆ, ਬੜੇ ਬੜੇ ਫਾਈਨ ਨੇ, ਸਰਕਾਰ ਸਖਤੀ ਨਾਲ ਐਕਸ਼ਨ ਲੈ ਰਹੀ ਆ। ਟਰਾਂਸਪੋਰਟ ਨੀਤੀ ਸਹੀ ਨਾ ਹੋਣ ਕਰਕੇ ਜਾਂ ਫਿਰ ਸਿਆਸੀ ਸ਼ਹਿ ਕਰਕੇ ਓਵਰਲੋਡ ਚੱਲ ਰਿਹਾ? ਬਿਲਕੁਲ ਜੀ, ਇਹ ਪ੍ਰਸ਼ਾਸਨ ਦੱਸ ਸਕਦਾ ਇਸ ਗੱਲਾਂ ਦੇ ਜਵਾਬ ਵੀ ਓਵਰਲੋਡ ਕਿਉਂ ਚਲਾ ਰਹੇ। ਅਸੀਂ ਤਾਂ ਟਰਾਂਸਪੋਰਟਰ ਜਿਹੜੇ ਆ ਕਾਨੂੰਨ ਦੇ ਹੱਕ 'ਚ ਖੜੇ ਹਾਂ, ਅਸੀਂ ਤਾਂ ਕਾਨੂੰਨ ਤੋਂ ਹੀ ਮੰਗ ਕਰ ਰਹੇ ਹਾਂ ਵੀ ਓਵਰਲੋਡ ਬੰਦ ਕੀਤਾ ਜਾਵੇ। ਓਵਰਲੋਡ ਦੇ ਟਿੱਪਰਾਂ ਦੇ ਵੀ ਚਲਾਣ ਤੁਹਾਡੇ ਹੁੰਦੇ ਨੇ, ਤਾਂ ਤੁਸੀਂ ਓਵਰਲੋਡ ਤੋਂ ਵੀ ਤੰਗ? ਅਸੀਂ ਉਹ ਬੰਦ ਕਰਾਉਣਾ ਚਾਹੁੰਦੇ ਹਾਂ, ਚਲਾਣ ਵੀ ਸਾਡੇ ਹੀ ਹੋ ਰਹੇ ਨੇ। ਜੋ ਵੱਡੇ ਟਰਾਂਸਪੋਰਟਰ ਨੇ, ਵੱਡੇ ਮਗਰਮੱਛ ਨੇ, ਇਹਨਾਂ ਕੋਲ 100-100 ਗੱਡੀ ਚੱਲਦੀ ਆ, ਉਹ ਨਾ ਤਾਂ ਕਾਨੂੰਨ ਨੂੰ ਕਹਿੰਦੇ ਨੇ, ਅਤੇ ਕਾਨੂੰਨ ਸਭ ਤੋਂ ਵੱਧ ਤੋੜਦੇ ਵੀ ਉਹੀ ਬੰਦੇ ਨੇ। ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਹਾਂ, ਇਹ ਚਾਹੁੰਦੇ ਹਾਂ ਵੀ ਯਕੀਨੀ ਇਸ ਚੀਜ਼ ਨੂੰ ਓਵਰਲੋਡ ਨੂੰ ਬੰਦ ਕੀਤਾ ਜਾਵੇ ਅਤੇ ਅੰਡਰਲੋਡ ਚਲਾਇਆ ਜਾਵੇ, ਜਿਸ ਨਾਲ ਸਾਰਾ ਪੰਜਾਬ ਹੀ ਸੁਖੀ ਹੋ ਜਾਏਗਾ। ਕਾਫੀ ਮਾਮਲੇ ਜਿਹੜੇ ਕਿ ਟਿੱਪਰ ਦੇ ਨਾਲ ਸੰਬੰਧਿਤ ਆਉਂਦੇ ਰਹੇ ਆ ਓਵਰਲੋਡਿੰਗ ਨਾਲ, ਕੀ ਲੱਗਦਾ ਵੀ ਜਿਹੜੀ ਓਵਰਲੋਡਿੰਗ ਕਿਉਂ ਨਹੀਂ ਬੰਦ ਹੁੰਦੀ? ਓਵਰਲੋਡਿੰਗ ਬੰਦ ਇਹ ਨਹੀਂ ਹੁੰਦੀ, ਇਹਦੇ ਵਿੱਚ ਪ੍ਰਸ਼ਾਸਨ ਇਹਨੂੰ ਸਿਰੇ ਤੋਂ ਨੱਥ ਨਹੀਂ ਪਾਉਂਦਾ, ਪ੍ਰਸ਼ਾਸਨ ਵੱਲੋਂ ਢਿੱਲ ਹੈ, ਤਾਂ ਕਰਕੇ ਓਵਰਲੋਡਿੰਗ ਬੰਦ ਨਹੀਂ ਹੁੰਦੀ। ਅਤੇ ਪ੍ਰਸ਼ਾਸਨ ਵੱਲੋਂ ਘਾਟਾ ਤਕਰੀਬਨ, ਅਸੀਂ 3-4 ਮਹੀਨਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਅਤੇ ਅਸੀਂ ਇਹਨੂੰ ਸਿਰੇ ਲਾ ਕੇ ਹੀ ਹਟਾਂਗੇ। ਕਿੱਥੋਂ ਕਿੱਥੋਂ ਦੀਆਂ ਜਿਹੜੀ ਯੂਨੀਅਨ ਜਾਂ ਟਰਾਂਸਪੋਰਟਰ ਕਿੱਥੋਂ ਕਿੱਥੋਂ ਦੇ ਆਏ? ਅੱਜ ਮੈਂ ਪਟਿਆਲਾ ਯੂਨੀਅਨ ਤੋਂ ਪ੍ਰਧਾਨ ਹਾਂ, ਲੁਧਿਆਣੇ ਤੋਂ, ਰੋਪੜ ਤੋਂ, ਮੋਹਾਲੀ ਤੋਂ, ਫਤਿਹਗੜ੍ਹ ਸਾਹਿਬ ਤੋਂ, ਕੂਮ ਕਲਾ ਤੋਂ ਵੱਖ ਵੱਖ ਪ੍ਰਧਾਨ ਆਪਦੇ ਮੈਂਬਰ ਲੈ ਕੇ ਅੱਜ ਰੋਪੜ ਪਹੁੰਚੇ ਹੋਏ ਨੇ। ਉਹਦਾ ਕਾਰਨ ਇਹ ਹੈ ਵੀ ਰੋਪੜ ਤੋਂ ਹੀ ਜ਼ਿਆਦਾ ਰੇਤਾ ਬਜਰੀ ਵੱਖ ਵੱਖ ਜ਼ਿਲ੍ਹਿਆਂ 'ਚ ਜਾਂਦਾ। ਸਾਡੇ ਨਾਲ ਬਹੁਤ ਟਿੱਪਰ ਚਾਲਕ ਜੁੜੇ ਹੋਏ ਨੇ, 10,000 ਪਲੱਸ ਗੱਡੀ ਹੈ ਵੱਖ ਵੱਖ ਜ਼ਿਲ੍ਹਿਆਂ ਤੋਂ, ਇਕੱਲੇ ਟਿੱਪਰ ਅਤੇ ਬਹੁਤ ਜ਼ਿਆਦਾ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ, ਪ੍ਰਧਾਨਾਂ ਤੋਂ ਲੈ ਕੇ ਮੈਂਬਰ ਨੇ ਟਿੱਪਰ ਐਸੋਸੀਏਸ਼ਨ ਦੇ। ਅੱਜ ਅਸੀਂ ਮੰਗ ਪੱਤਰ ਮੈਡਮ ਡੀਸੀ ਸਾਹਿਬ ਰੋਪੜ ਨੂੰ ਦੇਣ ਜਾ ਰਹੇ ਹਾਂ, SSP ਸਾਹਿਬ ਨੂੰ ਵੀ ਦੇਵਾਂਗੇ ਇਸ ਤੋਂ ਬਾਅਦ, ਅਤੇ ਅਸੀਂ ਓਵਰਲੋਡ ਪੰਜਾਬ ਦੇ ਵਿੱਚੋਂ ਬੰਦ ਕਰਾਵਾਂਗੇ। ਪ੍ਰਸ਼ਾਸਨ ਸਾਡੀ ਮਦਦ ਕਰੇ, ਸਾਨੂੰ ਪ੍ਰਸ਼ਾਸਨ ਵੱਲੋਂ ਮਦਦ ਨਹੀਂ ਮਿਲ ਰਹੀ, ਅਤੇ ਪ੍ਰਸ਼ਾਸਨ ਇਹਦੇ ਵਿੱਚ ਮਦਦ ਕਰਕੇ ਓਵਰਲੋਡ ਨੂੰ ਬੰਦ ਕੀਤਾ ਜਾਵੇ ਤਾਂ ਜੋ ਸੜਕਾਂ ਦਾ ਨੁਕਸਾਨ ਹੋਣੋਂ ਬਚੇ ਅਤੇ ਸਾਡੀਆਂ ਗੱਡੀਆਂ ਦਾ ਵੀ। ਓਵਰਲੋਡ ਬੰਦ ਕੀਤਾ ਜਾਵੇ, ਕਿਸ ਤਰ੍ਹਾਂ ਦੀ ਇਹਦੇ 'ਚ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ? ਜੀ, ਅੱਜ ਟਿੱਪਰ ਟਰਾਂਸਪੋਰਟ ਸੁਸਾਇਟੀ ਰੂਪਨਗਰ ਵੱਲੋਂ ਸਾਨੂੰ ਇੱਕ ਦਿੱਤਾ ਗਿਆ ਹੈਗਾ ਮੰਗ ਪੱਤਰ, ਜਿਸ ਦੇ ਵਿੱਚ ਜਿਹੜੇ ਸੜਕਾਂ 'ਤੇ ਓਵਰਲੋਡ ਗੱਡੀਆਂ ਅਤੇ ਓਵਰਲੋਡ ਟਿੱਪਰਸ ਅਤੇ ਹੋਰ ਟਰੋਲੇ ਵਗੈਰਾ ਚੱਲ ਰਹੇ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਵਾਸਤੇ ਦਿੱਤਾ ਗਿਆ ਹੈਗਾ। ਇਹ ਜ਼ਰੂਰ ਸਾਡੇ ਧਿਆਨ ਦੇ ਵਿੱਚ ਆਇਆ ਹੈਗਾ ਕਿ ਕਈ, ਕਿਉਂਕਿ ਇੱਥੋਂ ਨੈਸ਼ਨਲ ਹਾਈਵੇ ਵੀ ਨਿਕਲਦਾ ਹੈਗਾ, ਕਾਫ਼ੀ ਜ਼ਿਆਦਾ ਓਵਰਲੋਡ ਗੱਡੀਆਂ ਕਾਰਨ ਕਰਕੇ ਕਾਫ਼ੀ ਹਾਦਸੇ ਵੀ ਵਾਪਰ ਨੇ। ਇਸ ਦੇ ਵਾਸਤੇ ਅਸੀਂ ਇੱਕ ਫਲਾਇੰਗ ਸਕੁਆਡ ਵੀ ਬਣਾਵਾਂਗੇ ਅਤੇ ਵੱਖਰੇ ਤੌਰ 'ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ
कि जो भी इस तरीके के तुहानू नज़र आते हैं ओवरलोडिंग दे असी वक्रा एक नंबर भी जारी करांगे ताकि सानू तुसी ए दस सको ते असी उत्ते सख्त ते तुरंत एक्शन ले सकीए। तो सारे होर जिहड़े इदां दे ट्रांसपोर्टर्स ने जो ये ओवरलोड गड्डियां चला रहे हैं उन्होंने भी सख्त हिदायत हैगी कि जेकर उन्होंने वालों ये काम जारी रखा गया तो उन्होंने खिलाफ असी चलान तो इलावा अगे भी ਹੋਰ ਲੀਗਲ ਐਕਸ਼ਨ ਜਿਹੜਾ ਹੈਗਾ ਉਹ ਵੀ ਅਸੀਂ ਅਮਲ ਦੇ ਵਿੱਚ ਲਾਵਾਂਗੇ। ਮੈਡਮ ਜਿੱਦਾਂ ਕਿ ਜਿਹੜਾ ਕਿ ਓਵਰਲੋਡਿੰਗ ਹੈ ਜਿੱਥੋਂ ਭਰਦੀ ਹੈ ਜਾਂ ਡੰਪ ਹੈ ਜਾਂ ਕ੍ਰੈਸ਼ਰ ਹੈ ਜਾਂ ਕੋਈ ਹੋਰ ਜਗ੍ਹਾ ਹੈ ਜਿੱਥੋਂ ਇਹ ਮਾਲ ਭਰ ਕੇ ਆਉਂਦਾ ਤੇ ਕੀ ਉਹਨਾਂ ਨੂੰ ਵੀ ਹਦਾਇਤਾਂ ਕੀਤੀ ਜਾਣਗੀਆਂ? ਬਿਲਕੁਲ ਜੀ, ਉਹਨਾਂ ਨੂੰ ਵੀ ਜਿੱਥੋਂ ਜਿਵੇਂ ਇੱਕ ਸੈਗਮੈਂਟ ਜਿਵੇਂ ਕਹਿ ਸਕਦੇ ਹੈਗੇ ਕਿ ਮਾਈਨਿੰਗ ਦੇ ਵਿੱਚ ਵੀ ਇਨਵੋਲਵਡ ਹੈਗਾ ਟਰਾਂਸਪੋਰਟੇਸ਼ਨ ਬਿਜ਼ਨਸ ਦੇ ਵਿੱਚ ਉਹ ਵੀ ਅਸੀਂ ਉਹਨਾਂ ਨੂੰ ਕਸ਼ਰ ਮਾਲਕਾਂ ਨੂੰ ਜਾਂ ਫਿਰ ਖੱਡ ਮਾਲਕਾਂ ਨੂੰ ਵੀ ਅਸੀਂ ਇਹ ਸਖ਼ਤ ਹਦਾਇਤ ਕਰਾਂਗੇ ਕਿ ਉੱਥੋਂ ਤੋਂ ਵੀ ਜਿਹੜਾ ਵੀ ਮਾਲ ਭਰ ਕੇ ਜਾਂਦਾ ਹੈਗਾ ਉਹ ਵੀ ओवरलोडिंग ना होवे साडे वेकलां दे विच, क्योंकि अगर जेकर होया तो असी ट्रांसपोर्टर दे नाल नाल उहनां दे खिलाफ भी सख्त एक्शन लैणगे। इहदे नाल फायदा भी होवेगा जिहड़ा ओवरलोडिंग बंद करना? बिल्कुल जी, क्योंकि एक सैक्शन जिहड़ा हैगा ओह ट्रांसपोर्ट दा ओह काफ़ी ज़्यादा माइनिंग तो भी प्रभावित है।